ਜਿਨ੍ਹਾਂ ਤੇ ਨੈੱਟ ਫੋਰਸ ਤੇ ਦੂਜੇ ਜਿਨ੍ਹਾਂ ਤੇ ਨੈੱਟ ਫੋਰਸ ਲੱਗਦੀ ਹੈ, ਨੈੱਟ ਫੋਰਸ ਲੱਗਦੀ। ਡਾਊਨਵਰਡ ਵਰਡ ਆਪਾਂ ਹਾਲੇ ਨਹੀਂ, ਉਹ ਤਾਂ ਡਾਇਗ੍ਰਾਮ ਦੇ ਹਿਸਾਬ ਨਾਲ ਸੀ ਨਾ ਵੀ ਲੱਗਦੀ ਹੈ। ਹੁਣ ਦੇਖੋ ਇਸ ਗੱਲ ਨੂੰ ਵੀ ਸਰਫੇਸ ਟੈਂਸ਼ਨ ਕਿਉਂ ਹੁੰਦੀ ਹੈ, ਤਾਂ ਉਹਦਾ ਜਵਾਬ ਦੇਣ ਲਈ ਸਾਡੇ ਕੋਲ ਹੈ ਮੋਲੀਕੁਲਰ ਥਿਊਰੀ ਆਫ ਸਰਫੇਸ ਟੈਂਸ਼ਨ। ਤੋ ਅਗਰ ਆਪਾਂ ਇਹ ਸਮਝਣਾ ਚਾਹੁੰਦੇ ਹਾਂ ਕਿ ਕਿਉਂ ਜੋ ਫ੍ਰੀ ਸਰਫੇਸ ਆਫ ਲਿਕੁਇਡ ਹੈ ਜਾਂ ਅਪਰ ਮੋਸਟ ਲੇਅਰ ਆਫ ਲਿਕੁਇਡ ਹੈ, ਇਟ ਬਿਹੇਵਸ ਲਾਈਕ ਏ ਸਟ੍ਰੈਚਡ ਮੈਂਬਰੇਨ ਐਂਡ ਟੈਂਡਸ ਟੂ ਹੈਵ ਮਿਨੀਮਮ ਸਰਫੇਸ ਏਰੀਆ। ਤੋ ਉਹਦਾ ਜਵਾਬ ਸਾਨੂੰ ਹੁਣ ਅੱਜ ਮਿਲੇਗਾ ਇੱਥੇ ਇਸ ਥਿਊਰੀ ਤੋਂ ਬਾਅਦ। ਤਾਂ ਉਹਦੇ ਲਈ ਮੈਂ ਜਿਹੜੀ ਐਗਜ਼ਾਮਪਲ ਚੂਜ਼ ਕੀਤੀ ਹੈ ਉਹ ਹੈ ਵੀ ਇੱਕ ਕੰਟੇਨਰ ਹੈ, ਤਾਂ ਇਸ ਕੰਟੇਨਰ ਦੇ ਵਿੱਚ ਲਿਕੁਇਡ ਫਿਲਡ ਹੈ। ਲਿਕੁਇਡ ਫਿਲਡ ਹੈ। ਹੁਣ ਇਹ ਜਿਹੜਾ ਕੰਟੇਨਰ ਹੈ ਜਿਹਦੇ ਚ ਲਿਕੁਇਡ ਫਿਲਡ ਹੈ, ਤੋ ਗੱਲ ਨੂੰ ਸੁਣੋ ਪੁੱਤਰ। ਤੋ ਲਿਕੁਇਡ ਦੀ ਜਿਹੜੀ ਲੈਫਟ ਸਾਈਡ ਹੈ ਉਹ ਤਾਂ ਇਸ ਵਾਲ ਦੇ ਨਾਲ ਕਨੈਕਟਡ ਹੈ, ਰਾਈਟ ਸਾਈਡ ਇਸ ਵਾਲ ਦੇ ਨਾਲ ਕਨੈਕਟਡ ਹੈ, ਬੋਟਮ ਇਸ ਸਾਈਡ ਨਾਲ ਕਨੈਕਟਡ ਹੈ। ਤੋ ਇਹਦਾ ਮਤਲਬ ਆ ਕੀ ਹੈ? ਫ੍ਰੀ ਸਰਫੇਸ। ਅੱਛਾ, ਔਰ ਅਗਲੀ ਗੱਲ ਤੁਹਾਨੂੰ ਦੱਸੀ ਹੋਈ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ ਕਿ ਜਿਹੜਾ ਲਿਕੁਇਡ ਦਾ ਫ੍ਰੀ ਸਰਫੇਸ ਹੈ ਉਹ ਲਿਕੁਇਡ ਦੀ ਆਊਟਰ ਮੋਸਟ ਲੇਅਰ ਆਫ ਥਿਕਨੈਸ ਇਕੁਅਲ ਟੂ ਮੋਲੀਕੁਲਰ ਰੇਂਜ ਹੈ। ਮਤਲਬ ਬਾਹਰਲੀ ਲੇਅਰ ਲਿਕੁਇਡ ਦੀ ਜਿਹਦੀ ਥਿਕਨੈਸ ਮੋਲੀਕੁਲਰ ਰੇਂਜ ਦੇ ਬਰਾਬਰ ਹੈ, ਮਤਲਬ 10^-9 ਮੀਟਰ। ਤੋ ਆ ਬਣ ਰਹੀ ਹੈ, ਆ ਦਾ ਮਤਲਬ ਮੈਂ ਆ ਜਿਹੜੀ ਹੈ ਆ ਥਿਕਨੈਸ ਹਾਂ ਮੋਲੀਕੁਲਰ ਰੇਂਜ ਹੈ। ਤਾਂ ਇਸ ਕਰਕੇ ਆ ਵਾਲੀ ਜਿਹੜੀ ਲੇਅਰ ਹੈ ਇਹ ਫ੍ਰੀ ਸਰਫੇਸ ਔਰ ਸਰਫੇਸ ਫਿਲਮ ਆ ਗਈ ਲਿਕੁਇਡ। ਅੱਛਾ, ਹੁਣ ਅਗਰ ਬੇਟਾ ਅਸੀਂ ਗੱਲ ਕਰੀਏ ਮੋਲੀਕਿਊਲ ਏ ਦੀ, ਜਿਹੜਾ ਮੋਲੀਕਿਊਲ ਏ ਹੈ ਅਗਰ ਇਹਨੂੰ ਮੰਨੀਏ ਇਹ ਕਿੱਥੇ ਲਾਈ ਕਰ ਰਿਹਾ? ਵੈਲ ਵਿਦ ਇਨ ਦਾ ਲਿਕੁਇਡ, ਮਤਲਬ ਸਰਫੇਸ ਫਿਲਮ ਤੋਂ ਥੱਲੇ। ਤੋ ਅਗਰ ਆਪਾਂ ਇਸ ਮੋਲੀਕਿਊਲ ਨੂੰ ਮੰਨ ਕੇ ਸੈਂਟਰ ਤੇ ਮੋਲੀਕੁਲਰ ਰੇਂਜ ਨੂੰ ਮੰਨ ਕੇ ਰੇਡੀਅਸ ਇੱਕ ਸਫੀਅਰ ਡਰਾ ਕਰੀਏ ਜਿਹਨੂੰ ਅਸੀਂ ਸਫੀਅਰ ਆਫ ਇਨਫਲੂਐਂਸ ਆਫ ਦਿਸ ਮੋਲੀਕਿਊਲ ਕਹਿੰਦੇ ਹਾਂ, ਤਾਂ ਉਹਦਾ ਮੀਨਿੰਗ ਇਹ ਹੈ ਕਿ ਜਿੰਨੇ ਵੀ ਮੋਲੀਕਿਊਲਸ ਇਸ ਸਫੀਅਰ ਦੇ ਅੰਦਰ ਹੈ ਉਹ ਸਾਰੇ ਮੋਲੀਕਿਊਲਸ ਹੈ ਨਾ ਇਸ ਸੈਂਟਰ ਵੱਲ ਅਟਰੈਕਟ ਹੋ ਰਹੇ ਹੈ ਔਰ ਇਹ ਸੈਂਟਰ ਵਾਲਾ ਉਹਨਾਂ ਵੱਲ ਅਟਰੈਕਟ ਹੋ ਰਿਹਾ। ਤੋ ਸੈਂਟਰ ਵਾਲੇ ਮੋਲੀਕਿਊਲ ਤੇ ਨੈਟ ਫੋਰਸ ਜ਼ੀਰੋ ਲੱਗ ਰਹੀ ਹੈ, ਤੋ ਨੈਟ ਫੋਰਸ ਜ਼ੀਰੋ ਹੈ। ਪਰ ਜਿਹੜਾ ਮੋਲੀਕਿਊਲ ਸਰਫੇਸ ਫਿਲਮ ਦੇ ਵਿੱਚ ਹੈ ਜਿੱਦਾਂ ਕਿ ਬੀ, ਤੋ ਅਗਰ ਆਪਾਂ ਇਸ ਨੂੰ ਮੰਨ ਕੇ ਸੈਂਟਰ ਤੇ ਮੋਲੀਕੁਲਰ ਰੇਂਜ ਨੂੰ ਮੰਨ ਕੇ ਰੇਡੀਅਸ ਡਰਾ ਕਰੀਏ ਤਾਂ ਇਹਦੇ ਤੇ ਨੈਟ ਫੋਰਸ ਕਿੱਧਰ ਨੂੰ ਲੱਗਣੀ ਹੈ? ਕਿਉਂਕਿ ਥੱਲੇ ਮੋਲੀਕਿਊਲਸ ਨੰਬਰ ਜ਼ਿਆਦਾ ਉੱਪਰ ਘੱਟ ਹੈ। ਤੋ ਜਿਹੜਾ ਆਹ ਵਾਲਾ ਮੋਲੀਕਿਊਲ ਹੈ ਸੀ ਇਹਦੇ ਤੇ ਵੀ ਇੱਦਾਂ ਹੀ ਹੋਣਾ, ਮਤਲਬ ਕਹਿਣ ਦਾ ਇਹ ਕੀ ਹੈ ਇਸ ਡਿਸਕਸ਼ਨ ਤੋਂ ਬਾਅਦ ਤੁਹਾਡੇ ਦਿਮਾਗ 'ਚ ਕਿਹੜੀ ਗੱਲ ਰਹਿਣੀ ਚਾਹੀਦੀ ਹੈ ਕਿ ਜਿੰਨੇ ਵੀ ਮੋਲੀਕਿਊਲਸ ਲਿਕੁਇਡ ਦੇ ਸਰਫੇਸ ਫਿਲਮ ਦੇ ਵਿੱਚ ਹੈ
फोर्स लगनी है ते जेड़े सरफेस फिल्म तो बाहर है उन्हां ते नेट फोर्स नहीं लगती। सर जेड़े सरफेस फिल्म विच उन्हां ते डाउनवर्ड ही लगेगी हमेशा? डाउनवर्ड नहीं, गल सुनो, नेट फोर्स लगेगी। सर स्फीयर ऑफ इन्फ्लुएंस की डेफिनेशन हम यही लिखेंगे ना कि मॉलिक्यूलर रेंज के रेडियस है उसका। हाँ, मतलब किसी भी मॉलिक्यूल का स्फीयर ऑफ इन्फ्लुएंस की है, एक इमेजिनरी स्फीयर है drawn around that molecule with center at the molecule and radius equal to molecular range या 10 raised to power minus 9 meter। हुण देखो, हुण जेड़ा तुहाडा जवाब गल नूं सुणियो पुत्तर, हुण क्लैरिटी जिहनूं कहिंदे आपां, हुण जे मैं तुहाडे सामने लिक्विड ड्रॉप बनाना, आ लिक्विड है केड़ी शेप दा? स्फेरिकल, सर्कल नहीं, स्फेरिकल है ना। ये भी बड़ी वड्डी गड़बड़ है, हुंदा की है क्योंकि आपां जिहड़े जिन्ने भी कंसेप्ट्स पढ़दे आ है ना, खास करके बुक्स चों, तो वो सारे पेजेस की है 2D, तो उत्थे दीयां डायग्राम्स है उन्हां नूं असीं प्रॉपर वे च इंटरप्रेट नहीं कर पांदे है ना, वो इस करके थोड़ा माइंड उत्थे यूज करना वा क्योंकि इतने गलती करते हैं असं स्टूडेंट्स, तो मतलब उत्थे सही रहोगे तो पढ़ने च सौखा रहेगा। तो हुण ये जिहड़ा स्फीयर है, तो इत्थे जे मैं कहां भी इस लिक्विड दी सरफेस फिल्म ड्रॉ करो, इत्थे सरफेस फिल्म पता केड़ी है? आ वाली, आ वाली जिहदी थिकनेस समझ गए 12 लीटर। अच्छा ਹੁਣ ਇਹਦੇ ਚ ਦੇਖਿਓ ਯਾਰ, ਜਿਹੜਾ ਮੋਲੀਕਿਊਲ ਆ ਹੈ ਏ, ਇਹਦੇ ਆਲੇ ਦੁਆਲੇ ਸਫੀਅਰ ਆਫ ਇਨਫਲੂਐਂਸ ਡਰਾ ਕਰੋ ਤਾਂ ਨੈਟ ਫੋਰਸ 0 ਹੈ। ਪਰ ਉਹ ਨਾ ਦੇਖਿਓ ਜਿਹੜਾ ਆਪਾਂ ਜਿਹੜਾ ਮੋਲੀਕਿਊਲ ਇੱਥੇ ਆ ਪੁੱਤ, ਜਿਹੜਾ ਇੱਥੇ ਮੋਲੀਕਿਊਲ ਹੈ ਵੀ, ਤਾਂ ਇਹਦਾ ਸਫੀਅਰ ਆਫ ਇਨਫਲੂਐਂਸ ਆਇਆ है ना, ता लेफ्ट साइड वाल मॉलिक्यूल्स राइट वाल, मतलब फोर्स जेडी नेट फोर्स है थल्ले नु नहीं लगनी, किधर नु लगनी है? जिधर मॉलिक्यूल ज्यादा, हां उधर नु लगनी है, और जिधर टुवर्ड्स सेंटर, सेंटर भी कह सकते हैं। उस तो भी अगली गल दसना लगा, मनु सोचो कल थानो दसिया सीगा, ध्यान ना गल नु सुनियो, इधर देखो छोड़ दियो पुत्र, ਹੁੰਦੀ ਹੈ ਕੰਜ਼ਰਵੇਟਿਵ ਫੋਰਸ। ਕੰਜ਼ਰਵੇਟਿਵ ਫੋਰਸ ਦੀ ਐਗਜ਼ਾਮਪਲ ਇੱਕ ਹੁੰਦੀ ਹੈ ਗ੍ਰੈਵੀਟੇਸ਼ਨਲ ਫੋਰਸ, ਦੂਜੀ ਇਲਾਸਟਿਕ ਫੋਰਸ ਹੈ ਨਾ, ਤੇ ਪਲੱਸ 2 ਚ ਪੜਾਂਗੇ ਇਲੈਕਟ੍ਰਿਕ ਫੋਰਸ। ਹੁਣ ਜਿਹੜੀ ਗੱਲ ਸਮਝਾਉਣ ਲੱਗਾ, ਕੰਜ਼ਰਵੇਟਿਵ ਫੋਰਸ ਦਾ ਸੰਬੰਧ ਹੁੰਦਾ ਪੋਟੈਂਸ਼ੀਅਲ ਐਨਰਜੀ ਨਾਲ, ਤੇ ਕੰਜ਼ਰਵੇਟਿਵ ਫੋਰਸ ਦੀ ਡਾਇਰੈਕਸ਼ਨ ਹਮੇਸ਼ਾ ਉਧਰ ਨੂੰ ਹੁੰਦੀ ਹੈ ਜਿੱਧਰ ਨੂੰ ਅੱਗੇ ਵਧਣ ਤੇ ਪੋਟੈਂਸ਼ੀਅਲ ਐਨਰਜੀ ਨੇ ਘਟਣਾ। ਯਾਦ ਰੱਖ ਲੈਣੀ ਗੱਲ, ਕਿਉਂਕਿ ਜਦੋਂ ਆਪਾਂ ਫੋਰਥ ਯੂਨਿਟ ਪੜ੍ਹਦੇ ਹਾਂ ਨਾ, ਉਹਦੇ ਚ ਐਫ ਇਜ਼ ਇਕੁਅਲ ਟੂ ਮਾਈਨਸ ਡੀ ਯੂ ਬਾਈ ਡੀ ਆਰ ਇੱਕ ਫਾਰਮੂਲਾ ਲਿਖਦੇ ਹਾਂ। ਇਹ ਫਾਰਮੂਲਾ ਦੇ ਨੈਗੇਟਿਵ ਸਾਈਨ ਕੀ ਦੱਸ ਰਿਹਾ ਕਿ ਐਫ ਕੰਜ਼ਰਵੇਟਿਵ ਫੋਰਸ ਹੈ, ਯੂ ਪੋਟੈਂਸ਼ੀਅਲ ਐਨਰਜੀ ਹੈ, ਔਰ ਨੈਗੇਟਿਵ ਸਾਈਨ ਇਹ ਦੱਸ ਰਿਹਾ ਕਿ ਜਿੱਧਰ ਨੂੰ ਕੰਜ਼ਰਵੇਟਿਵ ਫੋਰਸ ਦੀ ਡਾਇਰੈਕਸ਼ਨ ਹੈ ਉਧਰ ਨੂੰ ਪੋਟੈਂਸ਼ੀਅਲ ਐਨਰਜੀ ਘਟਦੀ ਹੈ। ਅੱਛਾ ਹੁਣ ਗੱਲ ਨੂੰ ਜੋੜੀਏ, ਕੱਲ ਦੱਸਿਆ ਸੀ ਇਸ ਮੋਲੀਕਿਊਲ ਦੀ ਪੋਟੈਂਸ਼ੀਅਲ ਐਨਰਜੀ ਕੀ ਹੈ? ਘੱਟ ਸੀ, ਔਰ ਇਹਦੀ ਜ਼ਿਆਦਾ ਸੀ। ਆ ਜ਼ਿਆਦਾ ਆ ਘੱਟ, ਜ਼ਿਆਦਾ ਘੱਟ ਮਤਲਬ ਥੱਲੇ ਨੂੰ ਆਉਣ ਤੇ ਪੋਟੈਂਸ਼ੀਅਲ ਐਨਰਜੀ, तो डायरेक्शन ऑफ फोर्स किधर नु है? नीचे नु। एदी पोटेंशियल एनर्जी कम है, एदी फोर्स किधर नु है? इस मॉलिक्यूल दी पोटेंशियल एनर्जी नी एदी फोर्स, समझ आई गल? मतलब
ਸਾਡੇ ਸਾਹਮਣੇ ਜਿਹੜਾ ਲਿਕੁਇਡ ਹੈ ਉਸ ਲਿਕੁਇਡ ਦੇ ਅੰਦਰ ਦੋ ਤਰ੍ਹਾਂ ਦੇ ਮੋਲੀਕਿਊਲਸ ਹੈ ਔਰ ਉਹ ਜਿਹੜੇ ਦੋ ਤਰ੍ਹਾਂ ਦੇ ਮੋਲੀਕਿਊਲਸ ਹੈ ਉਹਨਾਂ ਵਿੱਚੋਂ ਜਿਹੜੇ ਤਾਂ ਮੋਲੀਕਿਊਲਸ ਲਿਕੁਇਡ ਦੀ ਸਰਫੇਸ ਫਿਲਮ ਦੇ ਵਿੱਚ ਲਾਈ ਕਰਦੇ ਆ ਉਹਨਾਂ ਦੀ ਪੋਟੈਂਸ਼ੀਅਲ ਐਨਰਜੀ ਹਾਈ ਹੈ ਤੇ ਜਿਹੜੇ ਬਲਕ ਲਿਕੁਇਡ ਚ ਲਾਈ ਕਰਦੇ ਆ ਉਹਨਾਂ ਦੀ ਪੋਟੈਂਸ਼ੀਅਲ ਐਨਰਜੀ ਘੱਟ ਹੁੰਦੀ ਹੈ ਠੀਕ ਹੈ ਔਰ ਇਸ ਕਰਕੇ ਜਿਹੜੇ ਸਰਫੇਸ ਫਿਲਮ ਦੇ ਮੋਲੀਕਿਊਲਸ ਹੈ ਉਹਨਾਂ ਦੇ ਉੱਪਰ ਕੀ ਲੱਗਦੀ ਹੈ ਨੈੱਟ ਫੋਰਸ ਕਿੱਧਰ ਨੂੰ ਹਾਇਰ ਪੋਟੈਂਸ਼ੀਅਲ ਐਨਰਜੀ ਨੂੰ ਇਹਦਾ ਮਤਲਬ ਜਿੰਨੇ ਵੀ ਮੋਲੀਕਿਊਲਸ ਇਸ ਲੇਅਰ ਦੇ ਵਿੱਚ ਹੈ ਉਹਨਾਂ ਤੇ ਨੈੱਟ ਫੋਰਸ ਲੱਗਣ ਕਰਕੇ ਹਨਾ ਸਰਫੇਸ ਫਿਲਮ ਜਿਹੜੀ ਹੈ ਇਟ ਬਿਹੇਵਸ ਲਾਈਕ ਏ ਸਟ੍ਰੈਚਡ ਮੈਂਬਰੇਨ ਕਿਉਂਕਿ ਤੁਹਾਡੇ ਕੋਈ ਵੀ ਸ਼ੀਟ ਹੈ ਰਬਰ ਸ਼ੀਟ ਹੈ ਉਹਨੂੰ ਸਟ੍ਰੈਚ ਕਰਨ ਲਈ ਉਹਦੇ ਤੇ ਫੋਰਸ ਲਾਣੀ ਜ਼ਰੂਰੀ ਹੈ ਕਲੀਅਰ ਹੋਈ ਗੱਲ ਅੱਛਾ ਹੁਣ ਬੇਟਾ ਫਿਰ ਅਗਲੀ ਗੱਲ ਆਪਾਂ ਕੱਲ ਵੀ ਡਿਸਕਸ ਕਰ ਚੁੱਕੇ ਸੀ ਜਿਹੜੀ ਅੱਜ ਕਰਨੀ ਹੈ ਕਿ ਆਪਾਂ ਇਹ ਤਾਂ ਕਹਿੰਦੇ ਹਾਂ ਕਿ ਸਰਫੇਸ ਟੈਂਸ਼ਨ ਜੋ ਹੈ ਪ੍ਰੋਪਰਟੀ ਆਫ ਫ੍ਰੀ ਸਰਫੇਸ ਆਫ ਲਿਕੁਇਡ ਹੈ ਬਾਈ ਵਰਚੂ ਆਫ ਵਿਚ ਇਟ ਬਿਹੇਵਸ ਲਾਈਕ ਏ ਸਟ੍ਰੈਚਡ ਮੈਂਬਰੇਨ ਐਂਡ ਟੈਂਡਸ ਟੂ ਹੈਵ ਮਿਨੀਮਮ ਸਰਫੇਸ ਏਰੀਆ ਤੋ ਇਹ ਜਿਹੜੀ ਸਟੇਟਮੈਂਟ ਹੈ ਉਹਦਾ ਹੁਣ ਜਵਾਬ ਮਿਲਣ ਲੱਗ ਪਿਆ ਸਾਨੂੰ ਕਿ ਕਿਉਂਕਿ ਹਰ ਸਿਸਟਮ ਸਟੇਬਿਲਿਟੀ ਚਾਹੁੰਦਾ ਵਾ ਔਰ ਸਟੇਬਿਲਿਟੀ ਉਦੋਂ ਆਏਗੀ ਜਦੋਂ ਉਹਦੀ ਪੋਟੈਂਸ਼ੀਅਲ ਐਨਰਜੀ ਟੋਟਲ ਪੋਟੈਂਸ਼ੀਅਲ ਐਨਰਜੀ ਮਿਨੀਮਮ ਹੋਏਗੀ ਤੋ ਕਿਉਂਕਿ ਲਿਕੁਇਡ ਦੇ ਅੰਦਰ ਜਿਹੜੇ ਮੋਲੀਕਿਊਲਸ ਸਰਫੇਸ ਫਿਲਮ ਚ ਲਾਈ ਕਰ ਰਹੇ ਆ ਉਹਨਾਂ ਦੀ ਪੋਟੈਂਸ਼ੀਅਲ ਐਨਰਜੀ ਹਾਈ ਹੈ ਤੋ ਉਹਦੇ ਕਰਕੇ ਓਵਰਆਲ ਪੋਟੈਂਸ਼ੀਅਲ ਐਨਰਜੀ ਵੀ ਹਾਈ ਹੈ ਤੋ ਜਿਹੜਾ ਲਿਕੁਇਡ ਹੈ ਉਹ ਇੱਦਾਂ ਬਿਹੇਵ ਕਰਦਾ ਕਿ ਉਹਦੀ ਜਿਹੜੀ ਆਊਟਰ ਲੇਅਰ ਹੈ ਸਰਫੇਸ ਫਿਲਮ ਹੈ ਉਹਦਾ ਵੋਲਿਊਮ ਕੀ ਹੋਏ ਮਿਨੀਮਮ ਤਾਂ ਕਿ ਜਿੰਨੀ ਉਹ ਮਿਨੀਮਮ ਵੋਲਿਊਮ ਦੀ ਲੇਅਰ ਬਣੂ ਉਹਦੇ ਚ ਹਾਈ ਐਨਰਜੀ ਮੋਲੀਕਿਊਲਸ ਦਾ ਨੰਬਰ ਵੀ ਘੱਟ ਹੋ ਤਾਂ ਟੋਟਲ ਪੋਟੈਂਸ਼ੀਅਲ ਐਨਰਜੀ ਵੀ ਘੱਟ ਜੂ ਤੋ ਕਿਉਂਕਿ ਸਰਫੇਸ ਫਿਲਮ ਦੀ ਥਿਕਨੈਸ ਕੋਨਸਟੈਂਟ ਹੈ ਤੋ ਵੋਲਿਊਮ ਨੂੰ ਘਟਾਉਣ ਲਈ ਏਰੀਆ ਘਟਾਉਣਾ ਪੈਂਦਾ ਵਾ ਇਸੇ ਕਰਕੇ ਹੀ ਜਿਹੜਾ ਲਿਕੁਇਡ ਹੈ ਉਹਦਾ ਫ੍ਰੀ ਸਰਫੇਸ ਹਮੇਸ਼ਾ ਕਿਹੜੀ ਸ਼ੇਪ ਲੈਣਾ ਚਾਹੁੰਦਾ ਮਿਨੀਮਮ ਏਰੀਆ ਕਲੀਅਰ ਹੈ ਇਹ ਕੇਸ ਆ ਗਿਆ ਅੱਛਾ ਤੇ ਇਹਦਾ ਉਲਟ ਸੋਚੋ ਕਿ ਜੇ ਆਪਾਂ ਦੇ ਸਾਹਮਣੇ ਇੰਨਾ ਕੁਛ ਹੋ ਰਿਹਾ ਹੋਵੇ ਕਿ ਲਿਕੁਇਡ ਦਾ ਫ੍ਰੀ ਸਰਫੇਸ ਏਰੀਆ ਵੱਧ ਜਾਏ ਫਿਰ ਕੀ ਹੋਊ ਵੋਲਿਊਮ ਵੱਧ ਗਿਆ ਫਿਰ ਕੀ ਹੋਊ ਉਸ ਲਿਕੁਇਡ ਦੀ ਟੋਟਲ ਪੋਟੈਂਸ਼ੀਅਲ ਐਨਰਜੀ ਵੱਧ ਜਾਏਗੀ ਠੀਕ ਹੈ ਤੋ ਅਗਰ ਮੰਨ ਲਓ ਤੁਹਾਡੇ ਸਾਹਮਣੇ ਇੱਕ ਲਿਕੁਇਡ ਫਿਲਮ ਹੈ ਇੱਕ ਲਿਕੁਇਡ ਫਿਲਮ ਹੈ ਤੇ ਮੈਂ ਤੁਹਾਨੂੰ ਕਹਿੰਦਾ ਇਸ ਫਿਲਮ ਨੂੰ ਸਟ੍ਰੈਚ ਕਰੋ ਜਦੋਂ ਤੁਸੀਂ ਫਿਲਮ ਨੂੰ ਸਟ੍ਰੈਚ ਕਰਦੇ ਆ ਤਾਂ ਉਹਦਾ ਮਤਲਬ ਕੀ ਹੈ ਤੁਸੀਂ ਉਹਨੂੰ ਉਹਦਾ ਏਰੀਆ ਜੇ ਕਿਸੇ ਚੀਜ਼ ਨੂੰ ਸਟ੍ਰੈਚ ਕਰਦੇ ਆ ਤਾਂ ਏਰੀਆ ਇਨਕਰੀਜ਼ ਕਰ ਰਹੇ ਤੇ ਜੇ ਇਨਕਰੀਜ਼ ਕਰ ਰਹੇ ਆ ਲਿਕੁਇਡ ਫਿਲਮ ਦਾ ਏਰੀਆ ਤਾਂ ਉਹਦੀ ਪੋਟੈਂਸ਼ੀਅਲ ਐਨਰਜੀ ਇਨਕਰੀਜ਼ ਕਰੂ ਵਧੂਗੀ ਪਤਾ ਲੱਗ ਗਿਆ ਕਿਉਂ ਵਧੂ ਸਰਫੇਸ ਟੈਂਸ਼ਨ ਕਰਕੇ ਵਧੀ ਹੈ ਨਾ ਤੋ ਹੁਣ ਉਹ ਪੁਆਇੰਟ ਆ ਗਿਆ ਪਰ ਉਸ ਤੋਂ ਪਹਿਲਾਂ ਬੇਟਾ ਕਰ ਲਿਆ ਨੋਟ ਹੁਣ ਅਗਲਾ ਪੁਆਇੰਟ ਕੀ ਹੈ ਦੇਖੋ ਜਦੋਂ ਤੁਹਾਡੇ ਸਾਹਮਣੇ ਆ ਮੈਂ ਡਰਾ ਕਰਨ ਲੱਗਾ ਆ ਮੈਂ ਕੀ ਡਰਾ ਕੀਤਾ ਇੱਕ ਲਿਕੁਇਡ ਫਿਲਮ ਮਤਲਬ ਜਿਹਦੀ ਲੈਂਥ ਬ੍ਰੈਡ ਤਾਂ ਹੈ ਪਰ ਥਿਕਨੈਸ ਬੜੀ ਆ ਬਹੁਤ ਛੋਟੀ ਠੀਕ ਹੈ ਅੱਛਾ ਆ ਮੈਂ ਤੁਹਾਡੇ ਸਾਹਮਣੇ ਡਰਾ ਕਰ ਰਿਹਾ ਪੁੱਤਰ ਲਿਕੁਇਡ ਡਰਾਪ ਆ ਮੈਂ ਤੁਹਾਡੇ ਸਾਹਮਣੇ ਡਰਾ ਕਰ ਰਿਹਾ ਲਿਕੁਇਡ ਬਬਲ ਤੇ ਆ ਮੈਂ ਤੁਹਾਡੇ ਸਾਹਮਣੇ ਡਰਾ ਕਰ ਰਿਹਾ
ਕੋਕਰੇ ਵਿੱਚ ਬਬਲਸ ਬਣਦੇ ਆ ਨਾ, ਲਿਕੁਇਡ ਬਬਲ, ਲਿਕੁਇਡ ਡ੍ਰੌਪ, ਗੈਸ ਬਬਲ, ਇਹਨਾਂ ਦਾ ਫਰਕ ਸਮਝਣਾ। ਲਿਕੁਇਡ ਡ੍ਰੌਪ ਦੇ ਵਿੱਚ ਆਹ ਆਲਾ ਦੁਆਲਾ ਜਿਹੜਾ ਵਾ ਇਹ ਅਲੱਗ ਹੈ, ਆਹ ਸਾਰਾ ਲਿਕੁਇਡ ਹੈ। ਲਿਕੁਇਡ ਬਬਲ, ਸੋਪ ਬਬਲ ਵੀ ਕਹਿ ਸਕਦੇ ਨਾ, ਉਹਦੀ ਇੱਕ ਐਗਜ਼ਾਮਪਲ। ਇਹਦੇ ਵਿੱਚ ਬੇਟਾ ਆਹ ਅਲੱਗ ਹੈ, ਆਹ ਵੀ ਅਲੱਗ ਹੈ, ਆਹ ਵੀ ਏਅਰ ਕਹਿ ਲਓ, ਆਹ ਵੀ ਏਅਰ ਕਹਿ ਲਓ। ਸੋ ਆਹ ਲਿਕੁਇਡ ਹੈ, ਆਹ ਲੇਅਰ ਜਿਹੜੀ ਹੈ ਲਿਕੁਇਡ ਦੀ ਬਣੀ ਹੈ। ਤੇ ਗੈਸ ਬਬਲ ਦੇ ਵਿੱਚ ਆਹ ਗੈਸ ਹੈ, ਉਹ ਗੈਸ ਕਾਰਬਨ ਡਾਈਆਕਸਾਈਡ ਹੈ ਕਿ ਕੋਈ ਹੈ, ਪਰ ਆਹ ਆਹ ਲਿਕੁਇਡ। ਅੱਛਾ, ਹੁਣ ਆਪਾਂ ਕਹਿਣਾ ਕੀ ਚਾਹੁੰਦੇ ਹਾਂ ਜਾਂ ਸਾਨੂੰ ਤੋ ਸਰਫੇਸ ਟੈਂਸ਼ਨ ਦਾ ਸੰਬੰਧ ਕਿਹਦੇ ਨਾਲ ਹੁੰਦਾ ਹੈ ਨਾ? ਸਰਫੇਸ ਟੈਂਸ਼ਨ ਦਾ ਸੰਬੰਧ ਹੈ ਫ੍ਰੀ ਸਰਫੇਸ ਨਾਲ। ਫ੍ਰੀ ਸਰਫੇਸ ਦਾ ਮਤਲਬ ਆਊਟਰ ਲੇਅਰ ਨਾਲ। ਆਊਟਰ ਲੇਅਰ ਦਾ ਮਤਲਬ ਮੀਨਸ ਲਿਕੁਇਡ ਦੀ ਉਹ ਲੇਅਰ ਜਿਸ ਤੋਂ ਅੱਗੇ ਕੋਈ ਹੋਰ ਮੀਡੀਅਮ ਹੈ। ਤੋ ਹੁਣ ਦੇਖੋ ਬੇਟਾ, ਆਹ ਜਿਹੜਾ ਹੱਥ ਹੈ ਤੋ ਆਹਦੀ ਆਹ ਵੀ ਇੱਕ ਲੇਅਰ ਹੈ, ਔਰ ਆਹ ਵੀ ਇੱਕ ਲੇਅਰ ਹੈ, ਆਹ ਵੀ ਲੇਅਰ ਹੈ, ਆਹ ਵੀ ਲੇਅਰ ਹੈ। ਕਿੰਨੀਆਂ ਫ੍ਰੀ ਸਰਫੇਸ ਹੈ ਇਹਦੇ? ਦੋ। ਲਿਕੁਇਡ ਡ੍ਰੌਪ ਦੇ ਕਿੰਨੇ ਫ੍ਰੀ ਸਰਫੇਸ ਹੈ? ਕਿਉਂਕਿ ਆਹ ਤਾਂ ਲਿਕੁਇਡ ਹੀ ਹੈ ਨਾ, ਆਹ ਅਲੱਗ ਹੈ ਲਿਕੁਇਡ ਨਾਲ। ਇਹਦੇ ਕਿੰਨੇ ਫ੍ਰੀ ਸਰਫੇਸ ਹੈ? ਇਸ ਲਿਕੁਇਡ ਦੇ ਕਿੰਨੇ ਫ੍ਰੀ ਸਰਫੇਸ ਹੈ? ਆਹੀ ਹੈ, ਅੰਦਰੋਂ ਹੀ ਹੈ, ਕਿਉਂਕਿ ਆਹ ਤਾਂ ਸਾਰਾ ਲਿਕੁਇਡ ਹੀ ਹੈ। ਸਮਝ ਆਈ ਗੱਲ? ਤੋ ਫ੍ਰੀ ਸਰਫੇਸ ਆਫ ਲਿਕੁਇਡ ਦਾ ਮਤਲਬ ਹੈ ਲਿਕੁਇਡ ਦਾ ਉਹ ਸਰਫੇਸ ਜਿਸ ਤੋਂ ਅੱਗੇ ਅਲੱਗ ਮੀਡੀਅਮ ਹੈ, ਗੈਸ ਹੈ, ਵੈਕਿਊਮ ਹੈ, ਕੁਛ ਵੀ ਹੈ, ਅਲੱਗ ਹੈ, ਲਿਕੁਇਡ ਨਹੀਂ ਹੈ। ਤੋ ਇਹਦੇ ਨੰਬਰ ਆਫ ਫ੍ਰੀ ਸਰਫੇਸਿਸ ਕਿੰਨੇ ਹੈ? ਕਿਉਂਕਿ ਆਪਾਂ ਥਿਕਨੈਸ ਨੂੰ ਕੰਸਿਡਰ, ਇਹ ਫਿਲਮ ਹੈ ਨਾ, ਇਹਦੇ ਲਿਖ ਲਓ, ਲਿਖ ਲੈਣੇ ਆ, ਯਾਦ ਰੱਖਣੇ ਆ, ਬੜੇ ਕੰਮ ਦੀ ਗੱਲ ਹੈ ਸਾਡੇ ਲਈ। ਭਵਿਆ ਜਾ ਰਹੀ ਹੈ? ਮਤਲਬ ਤੁਹਾਨੂੰ ਫ੍ਰੀ ਸਰਫੇਸਿਸ ਦੇ ਬਾਰੇ ਪਤਾ ਹੋਣਾ ਚਾਹੀਦਾ। ਦੇਖੋ ਬੇਟਾ, ਚਲੋ ਹੁਣ ਨੰਬਰ ਆਫ ਫ੍ਰੀ ਸਰਫੇਸਿਸ ਦਾ ਆਈਡੀਆ ਥੋੜ੍ਹਾ ਜਿਹਾ ਪਤਾ ਲੱਗ ਗਿਆ ਸਾਨੂੰ, ਪਰ ਹੁਣ ਤੁਸੀਂ ਇਹ ਜਾਣਦੇ ਹਾਂ ਵੀ ਹਰ ਫਿਜ਼ੀਕਲ ਕੁਆਂਟਿਟੀ ਜੋ ਹੈ ਨਾ ਉਹਦੀ ਆਪਾਂ ਡੈਫੀਨੇਸ਼ਨ ਇੱਕ ਤਾਂ ਦੱਸਦੇ ਹਾਂ ਜਿਹਨੂੰ ਕਹਿੰਦੇ ਹਾਂ ਕੁਆਲੀਟੇਟਿਵ ਡੈਫੀਨੇਸ਼ਨ।
ਜਿਹੜੀ ਹੈ ਕੁਆਂਟੀਟੇਟਿਵ, ਕਿਉਂਕਿ ਆਮ ਜ਼ਿੰਦਗੀ 'ਚ ਵੀ ਅਸੀਂ ਹਰ ਗੱਲ ਜਿਹੜੀ ਹੈ ਉਹ ਦੋ ਤਰ੍ਹਾਂ ਨਾਲ ਡਿਸਕਸ ਕਰਦੇ ਹਾਂ, ਕੁਆਲੀਟੇਟਿਵਲੀ ਵੀ ਕਰਦੇ ਹਾਂ ਕੁਆਂਟੀਟੇਟਿਵਲੀ ਵੀ ਕਰਦੇ ਹਾਂ। ਜਿੱਦਾਂ ਕਿ ਜੇ ਮੰਨ ਲਓ ਆਪਾਂ ਨੂੰ ਕੋਈ ਕਹਿੰਦਾ ਵਾ ਵੀ ਕਿੰਨੀ ਦੇਰ ਤੋਂ ਪਹੁੰਚ ਰਿਹਾ, ਤਾਂ ਆਪਾਂ ਆਂਸਰ ਕਈ ਵਾਰੀ ਦੇ ਦਿੰਦੇ ਹਾਂ ਆ ਥੋੜ੍ਹੀ ਦੇਰ ਨੂੰ ਆ ਰਿਹਾ। ਹੁਣ ਉਹ ਥੋੜ੍ਹੀ ਦੇਰ ਹੋ ਸਕਦਾ ਵਾ ਵੀ ਦੋ ਘੰਟੇ ਬਾਅਦ ਹੀ ਪਹੁੰਚੀਏ, ਥੋੜ੍ਹੀ ਦੇਰ ਬਾਅਦ ਹੀ ਆ ਰਿਹਾ ਨਾ। ਅਤੇ ਇੱਕ ਹੁੰਦਾ ਵੀ ਨਹੀਂ ਬਸ ਮੈਂ ਦੋ ਮਿੰਟ 'ਚ ਪਹੁੰਚ ਰਿਹਾ ਜਾਂ ਤਿੰਨ ਮਿੰਟ 'ਚ ਪਹੁੰਚ ਰਿਹਾ ਜਾਂ ਪੰਜ ਮਿੰਟ 'ਚ ਪਹੁੰਚ ਰਿਹਾ, ਜਿਹੜਾ ਥੋੜ੍ਹੀ ਦੇਰ ਬਾਅਦ ਆ ਰਿਹਾ ਜਾਂ ਹਾਲੇ ਟਾਈਮ ਲੱਗੂਗਾ, ਇਹ ਕੁਆਲੀਟੇਟਿਵ ਆਂਸਰ ਹੈ। ਅਤੇ ਜਦੋਂ ਅਸੀਂ ਕਹਿੰਦੇ ਦੋ ਮਿੰਟ ਲੱਗਣੇ ਆ ਜਾਂ ਚਾਰ ਮਿੰਟ ਲੱਗਣੇ ਆ ਜਾਂ ਬਸ ਦਸ ਮਿੰਟ ਲੱਗਣੇ ਆ, ਇਹ ਕੁਆਂਟੀਟੇਟਿਵ ਹੈ ਕਿਉਂਕਿ ਇਹ ਮੇਜ਼ਰ ਹੋ ਸਕਦਾ। ਥੋੜ੍ਹੀ ਦੇਰ ਦਾ ਕੰਸੈਪਟ ਮੇਜ਼ਰ ਨਹੀਂ ਹੋ ਸਕਦਾ, ਜਾਂ ਟਾਈਮ ਲੱਗੂਗਾ ਕਿੰਨਾ ਲੱਗੂਗਾ ਮੇਜ਼ਰਮੈਂਟ 'ਚ ਨਹੀਂ ਨਾ ਆ ਰਿਹਾ। ਤੋ ਜਿਹੜੀ ਡੈਫੀਨੇਸ਼ਨ ਮੇਜ਼ਰਮੈਂਟ ਦੇ ਨਾਲ ਡਾਇਰੈਕਟਲੀ ਰਿਲੇਟਡ ਹੈ, ਹੈਲਪ ਕਰਦੀ ਹੈ, ਉਹ ਕੁਆਲੀਟੇਟਿਵ ਹੈ। ਤੋ ਕੁਆਲੀਟੇਟਿਵ ਡੈਫੀਨੇਸ਼ਨ ਸਰਫੇਸ ਟੈਂਸ਼ਨ ਦੀ ਆਪਾਂ ਆਲਰੇਡੀ ਕੱਲ੍ਹ ਨੋਟ ਕੀਤੀ ਸੀ ਕਿ ਲਿਕੁਇਡ ਦੇ ਫਰੀ ਸਰਫੇਸ ਦੀ ਉਹ ਪ੍ਰੋਪਰਟੀ ਹੈ ਜਿਹਦੇ ਕਰਕੇ ਲਾਈਕ ਏ ਸਟ੍ਰੈਚਡ ਮੈਂਬਰੇਨ ਐਕਟ ਕਰਦਾ ਵਾ ਅਤੇ ਫਰੀ ਸਰਫੇਸ ਏਰੀਆ ਐਕੁਆਇਰ ਕਰਨਾ ਚਾਹੁੰਦਾ ਵਾ। ਪਰ ਕੁਆਂਟੀਟੇਟਿਵ ਡੈਫੀਨੇਸ਼ਨ ਆਫ ਸਰਫੇਸ ਟੈਂਸ਼ਨ ਕੀ ਹੈ, ਮਤਲਬ ਸਰਫੇਸ ਟੈਂਸ਼ਨ ਨੂੰ ਮੇਜ਼ਰ ਕਰਨ ਵਾਲੀ ਡੈਫੀਨੇਸ਼ਨ ਕੀ ਹੈ। ਤੋ ਕੁਆਂਟੀਟੇਟਿਵ ਡੈਫੀਨੇਸ਼ਨ ਆਫ ਸਰਫੇਸ ਟੈਂਸ਼ਨ ਨੂੰ ਸਮਝਣ ਦੇ ਲਈ ਬੇਟਾ ਮੈਂ ਤੁਹਾਡੇ ਸਾਹਮਣੇ ਇੱਕ ਡਰਾ ਕਰ ਰਿਹਾ ਫ੍ਰੀ ਸਰਫੇਸ ਆਫ ਲਿਕੁਇਡ, ਮਤਲਬ ਆਹ ਜੋ ਤੁਹਾਨੂੰ ਨਜ਼ਰ ਆ ਰਿਹਾ ਇਹ ਕੀ ਹੈ ਕਿ ਆਪਾਂ ਇਹਨੂੰ ਦਿਮਾਗ 'ਚ ਰੱਖ ਸਕਦੇ ਹਾਂ ਕਿ ਬਾਲਟੀ 'ਚ ਪਾਣੀ ਭਰਿਆ ਹੋਇਆ